ਤੇ ਹੁਣ ਆਪਾਂ ਅਗਲਾ ਲੜ ਲਾਵਾਂਗੇ। ਅਗਲਾ ਲੜ ਲਾਉਣ ਤੋਂ ਪਹਿਲਾਂ ਫਿਰ ਪਾ ਦਿੰਦਾ ਇੱਥੇ ਬੜੇ ਸਾਰੇ ਵੀਰਾਂ ਦਾ। ਹੁਣ ਮੈਂ ਫਿਰ ਕਹਿਣ ਜਾ ਰਿਹਾ ਕਿ ਇਹ ਵਾਲਾ ਲੜ ਵੀ ਜਿਹੜੇ ਗਾ ਉਹ ਖਿਸਕ ਜਾਂਦਾ ਕਿ ਤੁਹਾਡੀ ਵੀ ਜਿਹੜੀ ਪੱਗ ਹੈ ਉਹ ਪਿੱਛੇ ਨੂੰ ਚਲੀ ਜਾਂਦੀ ਹੈ। ਅੱਜ ਤੁਹਾਨੂੰ ਦੱਸਾਂਗੇ ਪੱਗ ਦੀਆਂ ਜਿਹੜੀਆਂ ਆਪਾਂ ਗਲਤੀਆਂ ਕਰਦੇ ਹਾਂ ਜਿਹਦੇ ਨਾਲ ਆਪਣੀ ਪੱਗ ਜਿਹੜੀ ਹੈ ਉਹ ਪਿੱਛੇ ਚਲ ਜਾਂਦੀ ਹੈ, ਤੇ ਜਿਹੜੇ ਜਿਹੜੇ ਗਲਤੀਆਂ ਕਰਦੇ ਨੇ ਵੀਰ ਉਹ ਵੀ ਇਸ ਵੀਡੀਓ ਨੂੰ ਧਿਆਨ ਨਾਲ ਦੇਖ, ਠੀਕ ਹੈ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਮੈਂ ਹਾਂ ਤੁਹਾਡਾ ਆਪਣਾ ਅਜੇ ਸਿੰਘ, ਤੇ ਤੁਸੀਂ ਦੇਖ ਰਹੇ ਹੋ ਸਰਸਾ ਕਿੰਗ ਪਗੜੀ ਚੈਨਲ ਤੇ। ਬਹੁਤ ਸਾਰਾ ਪਿਆਰ, ਬਹੁਤ ਸਾਰਾ ਮਾਣ ਮੇਰਾ, ਏਦਾਂ ਹੀ ਪਿਆਰ ਬਣਾਈ ਰੱਖੋ। ਤੁਹਾਡੇ ਪਿਆਰ ਦੀ ਸਪੋਰਟ ਦੇ ਨਾਲ ਹੀ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ। ਅੱਜ ਦੀ ਜਿਹੜੀ ਵੀਡੀਓ ਆਉਣ ਵਾਲੀ ਉਹ ਹੋਣ ਵਾਲੀ ਹੈ ਪੱਗ ਵੀਰੇ ਉੱਪਰ ਚਲੀ ਜਾਂਦੀ ਹੈ। ਬਹੁਤ ਸਾਰੇ ਵੀਰਾਂ ਦੇ ਕਮੈਂਟ ਆ ਰਹੇ ਕਿ ਵੀਰੇ ਪੱਗ ਜਿਹੜੀ ਮੇਰੀ ਹੈ ਉਹ ਅੱਖਾਂ ਤੋਂ ਜਾਂ ਮੱਥੇ ਤੋਂ ਪਿੱਛੇ ਨੂੰ ਚਲੀ ਜਾਂਦੀ ਹੈ। ਅੱਜ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ, ਤੇ ਜਿਹੜੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆਵੇ। ਤੇ ਜਿਹੜੇ ਜਿਹੜੇ ਵੀਰਾਂ ਨੇ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ, ਇੰਸਟਾਗ੍ਰਾਮ ਤੇ ਫੇਸਬੁੱਕ ਤੇ ਵੀ ਫੋਲੋ ਜ਼ਰੂਰ ਕਰ ਲਓ, ਠੀਕ ਹੈ ਜੀ। ਆਓ ਜੀ ਸ਼ੁਰੂ ਕਰਦੇ ਹਾਂ। ਲਓ ਜੀ ਆਪਾਂ ਕੀ ਕਰਨਾ ਹੈ, ਆਪਾਂ ਪਹਿਲਾਂ ਜਦੋਂ ਲੜ ਰੱਖਦੇ ਹਾਂ ਸਭ ਤੋਂ ਪਹਿਲੀ ਜਿਹੜੀ ਗਲਤੀ ਆਪਣੇ ਕੋਲ ਹੁੰਦੀ ਹੈ ਉਹ ਆਪਾਂ ਜਦੋਂ ਪਹਿਲਾਂ ਲੜ ਰੱਖਦੇ ਹਾਂ, ਆਪਣਾ ਪਹਿਲਾਂ ਲੜ ਰੱਖਣ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ, ਪਾਣੀ ਲੈ ਲੈਣਾ ਹੈ, ਥੋੜ੍ਹਾ ਜਿਹਾ ਹੱਥ 'ਤੇ ਪਾਣੀ ਲੈ ਲੈਣਾ, ਅਤੇ ਇਸ ਵਾਲੀ ਜਗ੍ਹਾ ਦੇ ਉੱਪਰ ਆਪਾਂ ਪਾਣੀ ਲਾ ਲੈਣਾ। ਜਿਹੜੇ ਜਿਹੜੇ ਵੀਰਾਂ ਦਾ ਅੱਖ ਵਾਲਾ ਲੜ ਜਿਹੜਾ ਦਿਸਕ ਜਾਂਦਾ ਉਹ ਇਸ ਜਗ੍ਹਾ 'ਤੇ ਪਾਣੀ ਲਾ ਲੈਣਾ 50 ਦੇ ਉੱਪਰ, ਅਤੇ ਆਹ ਵਾਲਾ ਪਾਸਾ ਜਿਹੜਾ ਹੈਗਾ ਥੋੜ੍ਹਾ ਥੋੜ੍ਹਾ ਇੱਦਾਂ ਕਰਕੇ ਗਿੱਲਾ ਕਰ ਲੈਣਾ, ਥੋੜ੍ਹਾ ਥੋੜ੍ਹਾ, ਇਹ ਨਹੀਂ ਹੈਗਾ ਕਿ ਜ਼ਿਆਦਾ ਗਿੱਲਾ ਕਰਨਾ, ਬਸ ਮਾੜਾ ਜਿਹਾ ਇੱਦਾਂ ਕਰਕੇ ਹੱਥ ਦੇ ਉੱਪਰ ਆ ਪਾਣੀ ਲਾ ਕੇ ਇਹਨੂੰ ਆਪਾਂ ਇੱਦਾਂ ਕਰਕੇ ਫੇਰ ਲੈਣਾ। ਇਹਦੇ ਨਾਲ ਕੀ ਹੈ ਜਿਹੜਾ ਆਪਣਾ ਮੂੰਹ ਹੈ ਥੋੜ੍ਹਾ ਜਿਹਾ ਗਿੱਲਾ ਹੋ ਜਾਏਗਾ, 50 ਥੋੜ੍ਹੀ ਜਿਹੀ ਗਿੱਲੀ ਹੋ ਜਾਏਗੀ, ਅਤੇ ਇਹਦੇ ਨਾਲ ਆਪਣੀ ਜਿਹੜੀ ਪੱਗ ਦਾ ਪਹਿਲਾ ਲੜ ਹੈ ਆਪਾਂ ਪਹਿਲਾ ਲੜ ਤੁਹਾਨੂੰ ਲਾ ਕੇ ਦਿਖਾਉਂਦੇ ਹਾਂ। ਇੱਦਾਂ ਕਰਕੇ ਜਦੋਂ ਗਿੱਲਾ ਕਰ ਲਿਆ, ਗਿੱਲਾ ਕਰਨ ਤੋਂ ਬਾਅਦ ਤੁਸੀਂ ਦੇਖੋ ਇਸ ਵਾਲੀ ਜਗ੍ਹਾ ਤੋਂ ਜਦੋਂ ਪਹਿਲਾ ਲੜ ਆਪਾਂ ਇੱਦਾਂ ਮੂੰਹ 'ਚ ਰੱਖਦੇ ਹਾਂ, ਇੱਦਾਂ ਮੂੰਹ 'ਚ ਰੱਖਦੇ ਹੋਏ ਜਦੋਂ ਪਹਿਲਾ ਲੜ ਇੱਦਾਂ ਕਰਕੇ ਲਾਵਾਂਗੇ, ਅਤੇ ਪਹਿਲਾ ਲੜ ਜਦੋਂ ਲਾਵਾਂਗੇ ਉਹ ਆਪਣਾ ਅੱਖ ਦੇ ਉੱਪਰੋਂ ਜਾਂ ਫਰੰਟ ਵਾਲੇ ਲੜ ਤੋਂ ਉਹ ਖਿਸਕੇਗਾ ਨਹੀਂ। ਦੇਖੋ ਹੁਣ ਆਪਾਂ ਲੜ ਲਾਉਣ ਲੱਗਿਆ ਇੱਦਾਂ ਕਰਕੇ ਥੱਲੇ ਵਾਲਾ ਪਾਸਾ ਆਪਾਂ ਬਾਹਰ ਕੱਢ ਲਿਆ, ਉੱਪਰ ਵਾਲਾ ਪਾਸਾ ਉੱਤੇ, ਲਓ ਜੀ ਸਭ ਤੋਂ ਜਿਹੜੀ ਮੇਨ ਗਲਤੀ ਆਪਣੀ ਹੁੰਦੀ ਆ ਪਹਿਲਾਂ ਲਾੜੀ ਆਪਣਾ ਜਿਹੜਾ ਉਹ ਰਿਸਕ ਜਾਂਦਾ, ਇਸੇ ਕਰਕੇ ਆਪਣੀ ਜਿਹੜੀ ਪੱਗ ਹੈ ਉਸ ਤੋਂ ਬਾਅਦ ਸਾਰੀ ਪਿੱਛੇ ਪਿੱਛੇ ਨੂੰ ਜਾਣੀ ਸ਼ੁਰੂ ਹੋ ਜਾਂਦੀ ਹੈ। ਅਗਰ ਪਹਿਲਾ ਲੜ ਤੁਹਾਡਾ ਨਹੀਂ ਰਿਸਕੇਗਾ ਤਾਂ ਤੁਹਾਡੀ ਜਿਹੜੀ ਲਾਸਟ ਤੱਕ ਜਿਹੜੀ ਪੱਗ ਹੈ ਉਹ ਵਧੀਆ ਬਣੀ ਚ ਰਹੇਗੀ। ਅਤੇ ਜਿਹੜਾ ਦੂਜਾ ਪੁਆਇੰਟ ਹੈ ਉਹ ਵੀ ਤੁਹਾਨੂੰ ਆਪਾਂ ਅੱਗੇ ਦੱਸਦੇ ਹਾਂ। ਜੇਕਰ ਪਹਿਲੇ ਲੜ ਦੇ ਵਿੱਚ ਅੱਧੀ ਅੱਖ ਅੱਧੀ ਗੱਲ ਅੱਧਾ ਕੰਨ ਢੱਕ ਲਿਆ, ਅਤੇ ਇਸ ਜਗ੍ਹਾ ਤੋਂ ਨੱਕ ਤੋਂ ਥੋੜ੍ਹੀ ਜਿਹੀ ਟੇਢ ਦੇ ਵਿੱਚ ਲੜ ਨੂੰ ਲੈ ਕੇ ਆਉਣਾ, ਅਤੇ ਤੁਹਾਡੀ ਜਿਹੜੀ ਪੱਗ ਹੈ ਉਹ ਪਿੱਛੇ ਨੂੰ ਨਹੀਂ ਜਾਏਗੀ। ਅੱਧੀ ਅੱਖ ਅੱਧੀ ਗੱਲ ਅੱਧਾ ਕੰਨ ਢੱਕ ਲਿਆ, ਟੱਕਦੇ ਹੋ ਤੁਸੀਂ ਦੇਖੋ ਪਹਿਲਾ ਲੜ ਮੈਂ ਲਾ ਦਿੱਤਾ, ਅੱਧੀ ਅੱਖ ਅੱਧਾ ਗੱਲ ਅਤੇ ਪੂਰਾ ਕੰਨ, ਪੂਰਾ ਕੰਨ ਕੀ ਥੋੜ੍ਹਾ ਜਿਹਾ ਕੰਨ ਉੱਪਰ ਆਪਣਾ ਜਿਹੜਾ ਹੈਗਾ ਉਹ ਨੰਗਾ। ਅਤੇ ਲਓ ਜੀ ਇਹ ਆਪਣਾ ਪਹਿਲਾ ਲੜ ਲੱਗ ਗਿਆ। ਪਹਿਲਾ ਲੜ ਜਦੋਂ ਆਪਾਂ ਗਿੱਲਾ ਕਰਕੇ ਥੋੜ੍ਹਾ ਜਿਹਾ ਲਾਇਆ ਹੋਏਗਾ ਨਾ ਪਾਣੀ ਥੋੜ੍ਹਾ ਲਾ ਕੇ ਜਦੋਂ ਲੜ ਨੂੰ ਲਾਵਾਂਗੇ ਅਤੇ ਪਹਿਲਾ ਲੜ ਆਪਣਾ ਨਹੀਂ ਰਿਸਕੇਗਾ। ਅਤੇ ਜਿਹੜੀ ਦੂਜੀ ਗੱਲ ਹੁੰਦੀ ਹੈ ਆਪਣੀ ਕਿ ਆਪਣੀ ਜਿਹੜੀ ਪੱਗ ਹੈ ਉਹ ਪਿੱਛੇ ਨੂੰ ਕਿਉਂ ਜਾਂਦੀ ਹੈ, ਪਿੱਛੇ ਨੂੰ ਵੀਰੇ ਤਾਂ ਕਰਕੇ ਜਾਂਦੀ ਹੈ ਜਦੋਂ ਤੁਸੀਂ ਨੱਕ ਦੀ ਸਿਹਤ ਤੋਂ ਲੜ ਨੂੰ ਟੇਢ ਦੇ ਵਿੱਚ ਨਹੀਂ ਰੱਖਦੇ। ਹੁਣ ਆਪਾਂ ਨੱਕ ਦੀ ਸਿਹਤ ਤੋਂ ਲੜ ਨੂੰ ਟੇਢ ਦੇ ਵਿੱਚ ਰੱਖਿਆ ਅਤੇ ਆਪਣੀ ਜਿਹੜੀ ਪੱਗ ਹੈ ਉਹ ਪਿੱਛੇ ਨੂੰ ਨਹੀਂ ਜਾਏਗੀ। ਦੇਖੋ ਹੁਣ ਆਪਾਂ ਤਿੰਨ ਉਂਗਲਾਂ ਛੱਡ ਕੇ ਇਹਦੇ ਉੱਪਰ ਕਰ ਰਹੇ ਹਾਂ ਪਿੰਚ,
ਤੇ ਪਿੰਚ ਕਰਨ ਦੇ ਵਿੱਚ ਵੀ ਬਹੁਤ ਸਾਰੇ ਵੀਰਾਂ ਦੀ ਗਲਤੀ ਹੁੰਦੀ ਹੈ ਕਿ ਜਿਹੜੇ ਵੀਰ ਪਿੰਚ ਸਹੀ ਨਹੀਂ ਤਰੀਕੇ ਨਾਲ ਕਰਦੇ ਉਹਨਾਂ ਦੀ ਪੱਗ ਵੀ ਜਿਹੜੀ ਆ ਉਹ ਪਿੱਛੇ ਚਲੀ ਜਾਂਦੀ। ਦੇਖੋ ਪਿੰਚ ਕਰਨ ਦਾ ਤਰੀਕਾ ਹੁਣ ਤੁਸੀਂ ਦੇਖ ਸਕਦੇ ਹੋ, ਮੈਂ ਜਿਹੜੀ 50 ਬੰਨੀ ਹੈ ਉਹ ਮੱਥੇ ਤੋਂ ਦੋ ਉਂਗਲਾਂ ਤੇ ਜਿਹੜੀ ਇਹ ਵਾਲੀ 50 ਹੈ ਇਹ ਮੇਰੀ ਚਾਰ ਉਂਗਲਾਂ ਚੌੜੀ ਹੈ। ਦੇਖੋ ਚਾਰ ਉਂਗਲਾਂ 50 ਚੌੜੀ ਹੈ, ਦੋ ਤੇ ਚਾਰ 6 ਉਂਗਲਾਂ ਦੇ ਆਪਾਂ ਪੇਜ ਦੇ ਵਿੱਚ ਲੜਨ ਨੂੰ ਰੱਖ ਰਹੇ ਹਾਂ। 6 ਉਂਗਲਾਂ ਸਾਰੀਆਂ ਆਪਣੀਆਂ, 4 ਉਂਗਲਾਂ ਇਹ ਹੋ ਗਈਆਂ ਤੇ 2 ਉਂਗਲਾਂ ਮੱਥੇ ਵਾਲੀ ਹੋ ਗਈ। 6 ਉਂਗਲਾਂ ਉੱਚਾ ਲੜ ਜਿੱਥੇ ਆਪਾਂ ਪਿੰਚ ਕੀਤਾ ਹੈ, ਇਹ ਆਪਣੀ ਦੂਸਰੀ ਗਲਤੀ ਹੁੰਦੀ ਹੈ। ਕਈ ਵੀਰ ਬਹੁਤ ਜ਼ਿਆਦਾ ਪਿੱਛੇ ਜਾ ਕੇ ਪਿੰਚ ਕਰ ਦਿੰਦੇ ਨੇ, ਉਹਨਾਂ ਦੀ ਪੱਗ ਫਿਰ ਹੋਰ ਜਦੋਂ ਅਗਲੇ ਆਪਾਂ ਪਿੰਚ ਕਰਾਂਗੇ ਤੇ ਉਹ ਹੋਸ ਤੋਂ ਵੀ ਜ਼ਿਆਦਾ ਪਿੱਛੇ ਜਾਣਗੇ ਤੇ ਫਿਰ ਉਹ ਪੱਗ ਜਿਹੜੀ ਆ ਉਹ ਪਿੱਛੇ ਪਿੱਛੇ ਨੂੰ ਡਿੱਗਣ ਲੱਗ ਜਾਂਦੀ ਹੈ। ਤੇ ਲਓ ਜੀ ਆ ਲਓ, ਇਹ ਆਪਾਂ ਫਿਰ ਵੱਟ ਬਣਾ ਤੇ ਤੇ ਇਹ ਆਪਣਾ ਦੂਸਰਾ ਲੜ ਵੀ ਆਪਾਂ ਲਗਾ ਦਿੱਤਾ। ਦੂਸਰਾ ਲੜ ਵੀ ਹੁਣ ਤੁਸੀਂ ਲਗਾਉਣ ਦਾ ਤਰੀਕਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਿੰਨਾ ਵਧੀਆ ਤੇ ਕਿੰਨਾ ਸਿੰਪਲ ਤਰੀਕੇ ਨਾਲ ਲਾਇਆ, ਕੋਈ ਜ਼ਿਆਦਾ ਕਸ ਨਹੀਂ ਪਾਈ, ਕੋਈ ਜ਼ਿਆਦਾ ਖਿੱਚ ਨਹੀਂ ਕੀਤੀ। ਤੇ ਹਾਂ, ਪਹਿਲੇ ਤੇ ਦੂਜੇ ਲੜ ਦੇ ਵਿੱਚ ਜਿਹੜੀ ਵਿੱਥ ਹੈ ਉਹ ਆਪਾਂ ਘੱਟ ਰੱਖਣੀ ਹੈ। ਪਹਿਲੇ ਤੇ ਦੂਜੇ ਲੜ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਆਪਾਂ ਵਿੱਥ ਘੱਟ ਰੱਖੀ ਹੈ, ਥੋੜ੍ਹੀ ਜਿਹੀ ਥੋੜ੍ਹੀ ਆਪਾਂ ਇੱਦਾਂ ਕਰਕੇ ਪਿੰਚ ਕਰਕੇ ਲੜ ਨੂੰ ਥੋੜ੍ਹਾ ਥੋੜ੍ਹਾ ਚੌੜਾ ਕਰ ਲੈਣਾ ਤਾਂ ਜੋ ਜਿਹੜਾ ਆਪਣਾ ਲੜ ਦੇ ਵਿੱਚ ਥੋੜ੍ਹੇ ਜਿਹੇ ਵੱਟ ਵੀ ਵੱਜ ਜਾਣ ਅਤੇ ਲੜ ਲਾਇਆ ਵੀ ਸੁਣਨ ਲੱਗੇ। ਹੁਣ ਤੁਸੀਂ ਦੇਖੋ ਪਹਿਲਾ ਅਤੇ ਦੂਜਾ ਲੜ ਲੱਗ ਗਿਆ। ਦੂਜੇ ਲੜ ਦੇ ਵਿੱਚ ਆਪਾਂ ਤੁਸੀਂ ਵਿੱਥ ਵੀ ਤੁਹਾਨੂੰ ਮੈਂ ਦੱਸ ਚੁੱਕਿਆ ਕਿ 50 ਵੀ ਕਿੰਨੀ ਉੱਚੀ ਬੰਨੀ ਉਹ ਵੀ ਦੱਸ ਚੁੱਕਿਆ ਅਤੇ ਪਿੰਚ ਕਿੱਥੇ ਕਰਨਾ ਉਹ ਵੀ ਤੁਹਾਨੂੰ ਮੈਂ ਦੱਸ ਚੁੱਕਿਆ। ਠੀਕ ਹੈ ਜੀ, ਹੁਣ ਆਪਾਂ ਅਗਲਾ ਲੜ ਲਾਵਾਂਗੇ। ਅਗਲਾ ਲੜ ਲਾਉਣ ਤੋਂ ਪਹਿਲਾਂ ਸਾਰੇ ਮਟੀਰੀਅਲ ਨੂੰ ਸੈੱਟ ਕਰ ਲੈਣਾ ਹੈ, ਸਾਰੇ ਕੱਪੜੇ ਨੂੰ ਸੈੱਟ ਕਰ ਲੈਣਾ, ਜਿੰਨਾ ਹੋ ਸਕੇ ਸਾਰਾ ਕੱਪੜਾ ਤੁਸੀਂ ਸੈੱਟ ਕਰ ਲਓ। ਉੱਪਰ ਦਾ ਕੱਪੜਾ ਸੈੱਟ ਕਰ ਲਿਆ, ਮੋਟੇ ਵਾਲਾ ਪਾਸਾ ਸਾਰਾ ਉੱਪਰ ਕਰ ਲਿਆ, ਪਤਲੇ ਵਾਲਾ ਪਾਸਾ ਥੱਲੇ, ਉਸੇ ਲੜ ਤੋਂ ਥੋੜ੍ਹਾ ਜਿਹਾ ਥੱਲੇ ਲੜ ਰੱਖਦੇ ਹੋਏ ਇਸੇ ਲੜ ਦੇ ਨਾਲ ਨਾਲ ਹੀ ਆਪਾਂ ਲੜ ਨੂੰ ਲੈ ਆਉਂਦਾ। ਹੁਣ ਤੁਸੀਂ ਦੇਖੋ ਇਸ ਵਾਲੀ ਜਗ੍ਹਾ ਤੋਂ ਇੱਦਾਂ ਕਰਕੇ ਛੋਟਾ ਛੋਟਾ ਪਿੰਚ ਕਰ ਲਿਆ, 3 ਉਂਗਲਾਂ ਛੱਡ ਕੇ ਹੀ ਲੜ ਚੱਕਣਾ, ਨਾ ਕਿ ਆਪਾਂ ਜਿਹੜੇ ਵੀਰ ਕੀ ਕਰਦੇ ਨੇ ਜ਼ਿਆਦਾ ਚੌੜਾ ਲੜ ਨਹੀਂ ਰੱਖਦੇ ਉੱਪਰ ਵਾਲੇ ਪਾਸੋਂ, ਉਹ ਲੜ ਛੋਟਾ ਰੱਖਦੇ ਨੇ ਅਤੇ ਉਹਨਾਂ ਦੀ ਪੱਗ ਵੀ ਜਿਹੜੀ ਹੈ ਉਹ ਪਿੱਛੇ ਨੂੰ ਡਿੱਗਣ ਲੱਗ ਜਾਂਦੀ। ਹੁਣ ਤੁਸੀਂ ਦੇਖੋ ਇਹ ਆਪਾਂ 3 ਉਂਗਲਾਂ ਦਾ ਚੌੜਾ ਲੜ ਰੱਖਿਆ ਅਤੇ ਉੱਪਰ ਵਾਲੀ ਸਾਈਡ ਤੋਂ ਪਿੰਚ ਕੀਤਾ, ਉੱਪਰ ਵਾਲੀ ਸਾਈਡ ਤੋਂ ਜਦੋਂ ਪਿੰਚ ਕਰ ਲਿਆ ਜਿਹੜਾ ਵੀ ਲੜ ਤੁਹਾਨੂੰ ਲੱਗੇ ਕਿ ਆਪਣਾ ਵੱਟ ਬਾਹਰ ਆਉਂਦੇ ਪਏ ਨੇ ਉਹਨਾਂ ਨੂੰ ਆਪਾਂ ਸੈੱਟ ਕਰ ਲੈਣਾ। ਇੱਦਾਂ ਕਰਕੇ ਲੜ ਨੂੰ ਲਾ ਲਿਆ, ਲੜ ਨੂੰ ਲਾ ਕੇ ਅਤੇ ਇੱਦਾਂ ਖੋਲ ਲਾਂਗੇ ਵੱਟਾਂ ਨੂੰ ਆਪਾਂ ਉੱਪਰ ਤੱਕ ਖੋਲ ਕੇ, ਉਸੇ ਨੁੱਕਰ ਤੋਂ ਹੀ ਆਪਾਂ ਵੱਟ ਬਣਾਉਣੇ ਸ਼ੁਰੂ ਕੀਤੇ ਨੇ ਜਿਸ ਨੁੱਕਰ 'ਤੇ ਆਪਾਂ ਪਹਿਲਾ ਜਾਂ ਦੂਜਾ ਜਾਂ ਤੀਜਾ ਲੜ ਲਾਇਆ ਸੀ। ਦੇਖੋ ਇਸ ਵਾਲੀ ਜਗ੍ਹਾ ਤੋਂ ਵੱਟ ਬਣਾ ਲਏ ਜ਼ਿਆਦਾ ਅਤੇ ਇਹ ਆਪਣਾ ਤੀਜਾ ਲੜ ਵੀ ਲੱਗ ਚੁੱਕਿਆ ਜੀ। ਸਾਰੇ ਵੱਟਾਂ ਨੂੰ ਨਾਲ ਨਾਲ ਸੈੱਟ ਕਰ ਲੈਣਾ। ਲਓ ਜਿੰਨਾ ਹੋ ਸਕੇ ਆਪ ਘੁੰਮਣਾ, ਪੱਗ ਦੀ ਪੂਣੀ ਨੂੰ ਨਹੀਂ ਘੁੰਮਾਉਣਾ, ਆਪ ਘੁੰਮਣਾ। ਤੇ ਦੇਖੋ ਹੁਣ ਤੁਸੀਂ ਪੱਗ ਦੀ ਸ਼ੇਪ ਇਸ ਵਾਲੀ ਜਗ੍ਹਾ ਦੇ ਉੱਪਰੋਂ ਆਪਣੇ ਜਿਹੜੇ ਵੱਟ ਨੇ ਇੱਕ ਜਗ੍ਹਾ ਤੋਂ ਨਿਕਲ ਰਹੇ ਨੇ ਤੇ ਪੱਗ ਦੀ ਜਿਹੜੀ ਪੂਣੀ ਆਪਾਂ ਇੱਕ ਜਗ੍ਹਾ ਤੇ ਰੱਖੀ ਹੋਈ ਹੈ ਤੇ ਉੱਪਰ ਵਾਲੀ ਸਾਈਡ ਤੋਂ ਜਿਹੜੇ ਨੇ ਲੜ 1x1 ਆਉਂਦਾ ਪਿਆ। ਠੀਕ ਹੈ, ਵੱਟਾਂ ਨੂੰ ਆਪਾਂ ਬਾਅਦ ਦੇ ਵਿੱਚ ਸੈੱਟ ਕਰ ਲਾਂਗੇ, ਵੱਟ ਵਧਾਉਣੇ ਘਟਾਉਣੇ ਉਹ ਤੁਹਾਨੂੰ ਮੈਂ ਬਾਅਦ 'ਚ ਵੀ ਦੱਸ ਸਕਦਾ। ਲੇਕਿਨ ਅੱਜ ਦੀ ਜਿਹੜੀ ਵੀਡੀਓ ਆਪਣੀ ਹੈਗੀ ਹੈ ਉਹ ਹੈਗੀ ਹੈ ਪੱਗ ਪਿੱਛੇ ਕਿਉਂ ਚਲੀ ਜਾਂਦੀ ਹੈ। ਦੇਖੋ ਹੁਣ ਮੇਰਾ ਇੱਥੇ ਹੀ ਆਪਾਂ ਲੜ ਲਾਇਆ ਸੀ ਜਿਹੜਾ ਪਹਿਲੇ ਵਾਲਾ ਲੜ, ਅਤੇ ਇੱਥੇ ਹੀ ਮੇਰਾ ਲੜ ਜਿਹੜਾ ਹੈਗਾ ਉਹ ਟਿਕਿਆ ਹੋਇਆ। ਠੀਕ ਹੈ,
ਤੇ ਹੁਣ ਆਪਾਂ ਅਗਲਾ ਲੜ ਲਾਵਾਂਗੇ। ਅਗਲਾ ਲੜ ਲਾਉਣ ਤੋਂ ਪਹਿਲਾਂ ਫਿਰ ਮਟੀਰੀਅਲ ਨੂੰ ਸੈੱਟ ਕਰ ਲੈਣਾ, ਕੱਪੜੇ ਨੂੰ ਸਾਰੇ ਨੂੰ ਸੈੱਟ ਕਰਕੇ ਨਾਲ ਦੀ ਨਾਲ। ਦੇਖੋ ਇੱਥੇ ਪੱਗ ਦੀ ਪੂਣੀ ਜਿਵੇਂ ਆਪਣੀ ਖੁੱਲਦੀ ਹੈ, ਇਹਨੂੰ ਆਪਾਂ ਥੋੜ੍ਹੀ ਥੋੜ੍ਹੀ ਅੰਦਰ ਫੋਲਡ ਕਰਦੇ ਹੋਏ ਅੱਗੇ ਲੈ ਜਾਂਦੇ। ਅਤੇ ਬਹੁਤ ਸਾਰੇ ਵੀਰਾਂ ਦੀ ਇਹ ਜਿਹੜੀ ਪ੍ਰੋਬਲਮ ਹੈਗੀ ਸੀ, ਅਤੇ ਬਹੁਤ ਦੇਰ ਤੋਂ ਇਹ ਵੀਰ ਕਈ ਵੀਰ ਆਪਣੇ ਕਮੈਂਟ ਕਰ ਰਹੇ ਸੀ ਵੀਰੇ ਮੇਰੀ ਪੱਗ ਪਿੱਛੇ ਚਲੀ ਜਾਂਦੀ ਹੈ। ਅਤੇ ਫਿਰ ਵੀ ਕਿਸੇ ਵੀਰ ਨੂੰ ਪੱਗ ਬੰਨਦੇ ਟਾਈਮ ਪਰਨਾ ਬੰਨਦੇ ਟਾਈਮ ਕੋਈ ਵੀ ਦਿੱਕਤ ਆਉਂਦੀ ਹੈ, ਤੁਸੀਂ ਵੀਰੇ ਕਮੈਂਟ ਕਰੋ, ਤੁਹਾਡੇ ਕਮੈਂਟਾਂ 'ਤੇ ਹੀ ਬੇਸ 'ਤੇ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ। ਅਤੇ ਆਪਦੇ ਆਪਦੇ ਸ਼ਹਿਰ ਦਾ ਨਾਮ ਜਿਹੜਾ ਹੈ ਉਹ ਤੁਸੀਂ ਦੱਸਣਾ ਨਹੀਂ ਭੁੱਲਣਾ। ਅਤੇ ਇੱਕ ਜਿਹੜਾ ਮੈਂ ਤੁਹਾਨੂੰ ਪੁਆਇੰਟ ਹੈਗਾ ਉਹ ਮੈਂ ਲਾਸਟ 'ਤੇ ਦੱਸਾਂਗਾ। ਇੱਕ ਲਾਸਟ ਦੇ ਵਿੱਚ ਵੀ ਬਹੁਤ ਵੱਡੇ ਵੀਰ ਜਿਹੜੇ ਨੇ, ਬਹੁਤ ਸਾਰੇ ਵੀਰਾਂ ਤੋਂ ਗਲਤੀ ਇਹ ਹੋ ਜਾਂਦੀ ਹੈ ਕਿ ਲਾਸਟ ਦੇ ਵਿੱਚ ਵੀ ਜਿਹੜੀ ਪੱਗ ਹੈ ਉਹ ਇੱਕ ਪੁਆਇੰਟ ਤੋਂ ਪਿੱਛੇ ਚਲੀ ਜਾਂਦੀ ਹੈ। ਉਹ ਵੀ ਤੁਹਾਨੂੰ ਮੈਂ ਦੱਸਾਂਗਾ ਕਿ ਉਹ ਕਿਸ ਵਜ੍ਹਾ ਕਰਕੇ ਪਿੱਛੇ ਚਲੀ ਜਾਂਦੀ ਹੈ। ਵੀਡੀਓ ਨੂੰ ਜਦੋਂ ਤੁਸੀਂ ਲਾਸਟ ਤੱਕ ਦੇਖੋਗੇ ਨਾ ਤਾਂ ਤੁਹਾਨੂੰ ਸਾਰੀ ਚੀਜ਼ ਦੀ ਡਿਟੇਲ ਪਤਾ ਲੱਗੇਗੀ ਕਿ ਇਹਦੇ ਵਿੱਚ ਆਪਾਂ ਕਿੱਥੇ ਕਿੱਥੇ ਕਿਹੜੀ ਕਿਹੜੀ ਗੱਲ ਦੱਸੀ ਹੈ ਅਤੇ ਕਿਹੜੀ ਕਿਹੜੀ ਗੱਲਾਂ ਕਰਕੇ ਆਪਣੀ ਜਿਹੜੀ ਪੱਗ ਹੈ ਉਹ ਪਿੱਛੇ ਚਲੀ ਜਾਏਗੀ। ਠੀਕ ਹੈ ਜੀ, ਦੇਖੋ ਹੁਣ ਆਪਾਂ ਫਰੰਟ ਤੋਂ ਸਾਰੇ ਬਟਨ ਨੂੰ ਸੈੱਟ ਕਰ ਲਿਆ। ਸੈੱਟ ਕਰਦੇ ਹੋਏ ਇੱਥੇ ਤੱਕ ਲੜ ਨੂੰ ਆਪਾਂ ਹੱਥ ਤੱਕ ਸੈੱਟ ਕਰ ਦੇਣਾ। ਕਰ ਲਿਆ, ਤਿੰਨ ਉਂਗਲਾਂ ਛੱਡ ਕੇ ਫਿਰ ਆਪਾਂ ਵੱਟ ਬਣਾਉਣੇ ਸ਼ੁਰੂ ਕਰਾਂਗੇ। ਥੱਲੇ ਵਾਲੇ ਪਾਸੋਂ ਬਣਾ ਲਓ ਚਾਹੇ ਉੱਪਰ ਵਾਲੇ ਪਾਸੋਂ ਬਣਾ ਲਓ, ਉਹ ਤੁਹਾਡੀ ਮਰਜ਼ੀ ਹੈ। ਅਤੇ ਵੀ ਇਹ ਤਾਂ ਅਜੇ ਵੀ ਥੋੜ੍ਹੀ ਸਹੀ ਨਹੀਂ ਹੈਗੀ, ਬਾਬਾ ਜੀ ਅੱਗੇ ਅਰਦਾਸ ਕਰੋ ਕਿ ਜਲਦੀ ਜਲਦੀ ਠੀਕ ਹੋ ਜਾਈਏ ਅਤੇ ਵੱਧ ਤੋਂ ਵੱਧ ਵੀਡੀਓ ਲੈ ਕੇ ਆਈਏ ਆਪਾਂ। ਲਓ ਜੀ ਵੱਟ ਬਣਾ ਲਏ, ਤਿੰਨ ਉਂਗਲਾਂ ਛੱਡ ਕੇ ਆਪਾਂ ਪਿੰਚ ਕਰਤਾ ਜੀ। ਪਿੰਚ ਆਪਾਂ ਕਿੱਥੇ ਕਰ ਰਹੇ ਹਾਂ? ਇੱਕੋ ਜਗ੍ਹਾ ਦੇ ਉੱਪਰ ਹੀ ਕਰ ਰਹੇ ਹਾਂ ਹਜੇ ਤਾਂ। ਬਾਕੀ ਆਪਾਂ ਲਾਸਟ ਵਾਲੇ ਜਿਹੜੇ ਦੋ ਲੜ ਨੇ ਉਹ ਤੁਹਾਨੂੰ ਦੱਸਾਂਗੇ ਕਿ ਅੱਗੇ ਅੱਗੇ ਕਿਵੇਂ ਲੈ ਕੇ ਆਉਣੇ ਨੇ। ਲਓ ਜੀ ਇਸ ਵਾਲੇ ਕੱਪੜੇ ਨੂੰ ਅੰਦਰ ਹੀ ਫੋਲਡ ਕਰ ਦਈਏ। ਫਰੰਟ ਦਾ ਕਰ ਲਿਆ ਸੈੱਟ, ਉੱਪਰ ਵਾਲੀ ਸਾਈਡ ਤੋਂ ਪਿੰਚ ਕਰਨਾ ਨਹੀਂ ਭੁੱਲਣਾ। ਮੈਂ ਹਰ ਵੀਡੀਓ ਦੇ ਵਿੱਚ ਘੱਟ ਤੋਂ ਘੱਟ ਵੀ ਚਾਰ ਚਾਰ ਪੰਜ ਪੰਜ ਵਾਰੀ ਕਹਿੰਦਾ, ਕਈ ਵੀਡੀਓ 'ਚ ਪੰਜ ਵਾਰੀ ਤੋਂ ਵੀ ਜ਼ਿਆਦਾ ਹੀ ਕਹਿ ਦੇਣਾ। ਠੀਕ ਹੈ, ਦੇਖੋ ਇੱਦਾਂ ਕਰਕੇ ਇਹ ਲੜ ਨੂੰ ਸੈੱਟ, ਥੱਲੇ ਥੱਲੇ ਇੱਦਾਂ ਵੱਟ ਖੋਲ੍ਹ ਕੇ ਫਰੰਟ ਤੋਂ ਸੈੱਟ ਕਰ ਲਿਆ। ਤੁਹਾਨੂੰ ਜਿਹੜਾ ਵੱਟ ਲੱਗੇ ਸੈੱਟ ਨਹੀਂ ਉਹਨੂੰ ਖਿੱਚ ਪਾ ਲਓ, ਥੋੜ੍ਹੀ ਜਿਹੀ ਖਿੱਚ ਪਾ ਕੇ ਇੱਦਾਂ ਕਰਕੇ ਬਟਨ ਨੂੰ ਸੈੱਟ ਕਰ ਲਓ। ਜਿੱਥੋਂ ਤੁਹਾਨੂੰ ਲੱਗੇ ਉੱਪਰ ਵਾਲੀ ਸਾਈਡ ਤੋਂ ਪਿੰਚ ਨਹੀਂ ਹੋਇਆ ਸਹੀ, ਉੱਥੋਂ ਆਪਾਂ ਪਿੰਚ ਜ਼ਰੂਰ ਕਰਨਾ। ਲਓ ਜੀ ਉਸ ਜਗ੍ਹਾ ਦੇ ਨਾਲ ਨਾਲ ਆਪਾਂ ਲੜ ਨੂੰ ਲਾ ਲਿਆ। ਲੜ ਨੂੰ ਲਾ ਕੇ ਹੁਣ ਆਪਾਂ ਥੋੜ੍ਹਾ ਜਿਹਾ ਲੜ ਨੂੰ ਨਾ ਖੋਲ੍ਹਾਂਗੇ। ਆਪਣੇ ਇਸ ਲੜ ਦੇ ਵਿੱਚ ਜਿਹੜੇ ਨੇ ਉਹ ਵੱਟ ਨੇ ਉਹ ਕੱਟ ਬਣੇ ਨੇ। ਦੇਖੋ ਉੱਪਰ ਵਾਲੀ ਸਾਈਡ ਤੋਂ ਆਪਾਂ ਪਿੰਚ ਕਰ ਰਹੇ ਹਾਂ ਉੱਦਾਂ ਹੀ ਨਾਲ ਨਾਲ। ਲਓ ਜੀ ਹੁਣ ਆਪਾਂ ਵੱਟ ਥੋੜ੍ਹੇ ਜਿਹੇ ਵਧਾ ਲਾਂਗੇ ਇਸ ਲੜ ਦੇ ਵੱਟ, ਇੱਦਾਂ ਕਰਕੇ ਖੰਦੂਈ ਜਾਂ ਸੂਈ ਦੀ ਮਦਦ ਨਾਲ ਤੁਸੀਂ ਇੱਦਾਂ ਕਰਕੇ ਵੱਟ ਵਧਾ ਲੈਣੇ ਨੇ। ਲਓ ਵਧਾ ਕੇ ਉੱਪਰ ਵਾਲੀ ਸਾਈਡ ਤੋਂ ਫਿਰ ਪਿੰਚ ਕਰਨਾ ਨਹੀਂ ਭੁੱਲਣਾ। ਪਿੰਚ ਜ਼ਰੂਰ ਕਰਨਾ ਜਿੰਨਾ ਚਿਰ ਆਪਣਾ ਪੱਗ ਦਾ ਲੜ ਸੈੱਟ ਨਹੀਂ ਹੁੰਦਾ ਚੰਗੇ ਤਰੀਕੇ ਨਾਲ। ਨੁੱਕਰ ਤੋਂ ਆਪਾਂ ਚੰਗੇ ਤਰੀਕੇ ਨਾਲ ਦਬਾ ਤਾ, ਖਿੱਚ ਪਾ ਕੇ ਆਪਾਂ ਫਿਰ ਹੁਣ ਅਗਲਾ ਲੜ ਲਾਵਾਂਗੇ। ਦੇਖੋ ਇਹ ਆਪਣਾ ਹੁਣ ਚੌਥਾ ਲੜ ਲੱਗ ਗਿਆ। ਚੌਥੇ ਲੜ ਦੇ ਵਿੱਚ ਆਪਣੀ ਜਿਹੜੀ ਪੱਗ ਦੀ ਸ਼ੇਪ ਹੈ ਉਹ ਬਿਲਕੁਲ ਸਿੱਧੀ ਹੋ ਚੁੱਕੀ ਹੈ। ਅਤੇ ਇਸ ਵਾਲੀ ਜਗ੍ਹਾ ਤੋਂ ਕਿੰਨੀ ਦੂਰ ਹੈ ਲੜ, ਅਤੇ ਇਸ ਵਾਲੀ ਜਗ੍ਹਾ ਤੋਂ ਆਪਣੀ ਅੱਖ ਜਿਹੜੀ ਹੈ ਉਹ ਹੈਗੀ ਹੈ ਬੰਦ। ਇੱਕ ਹਿਸਾਬ ਦੀ ਅੱਧੀ ਅੱਖ ਟੱਗੀ ਹੋਈ ਹੈ, ਇੱਧਰੋਂ ਪੂਰੀ ਅੱਖ ਜਿਹੜੀ ਆਪਣੀ ਖਾਲੀ ਹੈ। ਹੁਣ ਆਪਾਂ ਕੀ ਕਰਨਾ, ਹੁਣ ਆਪਾਂ ਜਿਹੜੇ ਲੜ ਲਾਵਾਂਗੇ
ਉਹ ਬੜੇ ਧਿਆਨ ਨਾਲ ਤੇ ਬਹੁਤ ਵਧੀਆ ਤਰੀਕੇ ਨਾਲ ਲਾਣੇ ਪੈਣਗੇ ਅਗਰ ਇਹ ਵਾਲੀ ਅੱਖ ਵੀ ਆਪਾਂ ਇੱਥੋਂ ਤੱਕ ਕਵਰ ਕਰਨੀ ਹੈ ਤਾਂ, ਕਿਉਂਕਿ ਇਸ ਵਾਲੀ ਅੱਖ ਤੋਂ ਵੀ ਬਰਾਬਰ ਲਾੜ ਹੋਏਗਾ ਤਾਂ ਫਿਰ ਆਪਣੀ ਪੱਗ ਜਿਹੜੀ ਆ ਉਹ ਬਹੁਤ ਸੋਹਣੀ ਲੱਗੇਗੀ। ਠੀਕ ਹੈ ਜੀ, ਤੇ ਲਓ ਹੁਣ ਆਪਾਂ ਫਿਰ ਅਗਲੇ ਲੜ ਦੇ ਵਿੱਚ ਮਟੀਰੀਅਲ ਸੈੱਟ ਕਰ ਰਿਹਾ। ਮੈਨੂੰ ਕੀ ਹੈ, ਮੈਂ ਹਰ ਲੜ ਦੇ ਵਿੱਚ ਮਟੀਰੀਅਲ ਸੈੱਟ ਕਰਦਾ ਤੇ ਮੈਂ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਾਂਗੀ ਕਿ ਹਰ ਲੜ ਦੇ ਵਿੱਚ ਜਿਹੜਾ ਕੱਪੜਾ ਹੈ ਉਹ ਤੁਸੀਂ ਸੈੱਟ ਕਰਿਆ ਕਰੋ। ਪਹਿਲਾਂ ਪਤਲੇ ਪਤਲੇ ਪਾਸੇ ਥੱਲੇ ਖਿੱਚ ਲਿਆ ਤੇ ਮੋਟਾ ਮੋਟੇ ਪਾਸਾ ਉੱਪਰ ਕਰਕੇ ਹੱਥ ਨਾਲ ਏਦਾਂ ਤੇ ਬੈਕ ਸਾਈਡ ਤੇ ਹੱਥ ਰੱਖਦੇ ਹੋਏ ਉਸੇ ਲੜ ਦੇ ਨਾਲ ਨਾਲ ਜਦੋਂ ਲੜ ਤੁਸੀਂ ਲੈ ਕੇ ਆਓਗੇ ਨਾ ਤੁਹਾਡੀ ਪੱਗ ਦੇ ਵਿੱਚ ਕਦੀ ਡੈਂਟ ਨਹੀਂ ਪਵੇਗਾ। ਤੁਹਾਡੀ ਪੱਗ ਜਿਹੜੀ ਹੈ ਉਹ ਕਦੀ ਵੀ ਏਦਾਂ ਟੇਢੀ ਜਿਹੀ ਨਹੀਂ ਹੋਵੇਗੀ। ਕਈ ਵੀਰਾਂ ਦੀ ਪੱਗ ਕੀ ਹੁੰਦੀ ਹੈ ਉਹ ਟੇਢੀ ਜਿਹੀ ਹੋ ਜਾਂਦੀ ਹੈ ਤੇ ਤਾਂ ਕਰਕੇ ਵੀ ਜਿਹੜੀ ਪੱਗ ਦੀ ਸ਼ੇਪ ਹੈ ਉਹ ਖਰਾਬ ਹੋ ਜਾਂਦੀ। ਤੁਸੀਂ ਦੇਖੋ ਆਪਣੀ ਪੱਗ ਦੇ ਵਿੱਚ ਕਿਤੇ ਵੀ ਕੋਈ ਡੈਂਟ ਨਹੀਂ ਹੈਗਾ, ਬਿਲਕੁਲ ਸਿੱਧੇ ਏਦਾਂ ਕਰਕੇ ਲੜ ਆ ਰਹੇ ਨੇ, ਵੱਟ ਆ ਰਹੇ ਨੇ ਤੇ ਪ੍ਰੋਪਰ ਮਟੀਰੀਅਲ ਸੈੱਟ ਹੋ ਰਿਹਾ। ਕਿਤੋਂ ਵੀ ਤੁਹਾਨੂੰ ਲੱਗੇ ਮਟੀਰੀਅਲ ਏਦਾਂ ਸੈੱਟ ਨਹੀਂ ਤਾਂ ਉਹਨੂੰ ਆਪਾਂ ਸੈੱਟ ਕਰ ਲੈਣਾ। ਦੇਖੋ ਇੱਥੇ ਕੱਪੜਾ ਥੋੜ੍ਹਾ ਜ਼ਿਆਦਾ ਇਕੱਠਾ ਹੁੰਦਾ ਅਤੇ ਇੱਥੇ ਆਪਾਂ ਇੱਦਾਂ ਕਰਕੇ ਕੱਪੜੇ ਨੂੰ ਖੋਲਾਂਗੇ। ਲਓ ਜੀ ਹੁਣ ਤੁਸੀਂ ਦੇਖੋ ਇਸ ਵਾਲੀ ਜਗ੍ਹਾ ਤੋਂ ਆਪਾਂ ਆਪਣੇ ਵੱਟ ਆਪਣੇ ਆਪ ਬਣੇ ਪਏ ਨੇ, ਪਰ ਆਪਾਂ ਫਿਰ ਵੀ ਕੀ ਕਰਨਾ ਉੱਪਰੋਂ ਤਿੰਨ ਉਂਗਲਾਂ ਛੱਡ ਕੇ ਆਪਾਂ ਵੱਟ ਚੱਕਣੇ ਸ਼ੁਰੂ ਕਰਾਂਗੇ। ਚਾਹੇ ਥੱਲੋਂ ਚੱਕ ਲਓ ਚਾਹੇ ਉੱਪਰੋਂ ਚੱਕ ਲਓ, ਉਹ ਤੁਹਾਡੀ ਮਰਜ਼ੀ ਹੈ। ਜਿਹਨੂੰ ਜਿਹੜੇ ਤਰੀਕਾ ਸੌਖਾ ਲੱਗਦਾ ਉਹ ਤਰੀਕੇ ਨਾਲ ਚੱਕ ਸਕਦਾ। ਦੇਖੋ ਇੱਦਾਂ ਕਰਕੇ ਵੱਟ ਚੱਕ ਲਓ, ਤਿੰਨ ਉਂਗਲਾਂ ਛੱਡ ਕੇ ਹੁਣ ਤੁਸੀਂ ਦੇਖੋ ਇੱਥੇ ਤਿੰਨ ਉਂਗਲਾਂ ਛੱਡ ਕੇ ਆਪਣਾ ਜਿਹੜਾ ਹੈਗਾ ਆਹ ਲੜ ਬਣ ਰਿਹਾ। ਇੱਥੋਂ ਤੱਕ ਆਪਾਂ ਵੱਟ ਚੱਕ ਲੈਣੇ ਨੇ, ਇੱਦਾਂ ਕਰਕੇ ਵੱਟ ਚੱਕ ਕੇ ਇੱਥੇ ਪਿੰਚ ਕਰਕੇ ਆਪਾਂ ਅੰਦਰ ਨੂੰ ਫੋਲਡ ਕਰ ਦੇਣਾ। ਅਤੇ ਹੁਣ ਜਿਹੜਾ ਆਪਣਾ ਪਿੰਚ ਕਰਨ ਦਾ ਤਰੀਕਾ ਹੋਏਗਾ ਥੋੜ੍ਹਾ ਜਿਹਾ ਅੱਗੇ ਲਾਵਾਂਗੇ, ਜਿਸ ਜਿਸ ਜਗ੍ਹਾ 'ਤੇ ਆਪਾਂ ਪਿੰਚ ਕੀਤਾ ਸੀ ਉਸ ਤੋਂ ਥੋੜ੍ਹਾ ਜਿਹਾ ਅੱਗੇ ਆਪਾਂ ਪਿੰਚ ਕੀਤਾ ਅਤੇ ਉੱਪਰ ਵਾਲੀ ਸਾਈਡ ਦੇ ਉੱਪਰੋਂ ਚੰਗੇ ਤਰੀਕੇ ਨਾਲ ਉਸੇ ਲੜ ਦੇ ਅੱਗੇ ਅੱਗੇ ਦਬਾ ਤਾ। ਦਬਾਉਂਦੇ ਹੋਏ ਉੱਪਰ ਵਾਲੀ ਸਾਈਡ ਤੋਂ ਫੇਰ ਅਤੇ ਇਹ ਲੜ ਨੂੰ ਹੁਣ ਆਪਾਂ ਪਿੱਛੇ ਨੂੰ ਲੈ ਕੇ ਜਾਣਾ। ਤੁਸੀਂ ਦੇਖੋ ਇਸ ਲੜ ਨੂੰ ਉਸੇ ਲੜ ਤੋਂ ਥੋੜ੍ਹਾ ਜਿਹਾ ਪਿੱਛੇ ਨੂੰ ਅਤੇ ਇੱਥੋਂ ਆਪਾਂ ਵੱਟ ਜਿਹੜੇ ਨੇ ਉਹ ਖੋਲ ਲੈਣੇ ਨੇ। ਲਓ ਜੀ ਖੋਲਦੇ ਹੋਏ ਉੱਪਰ ਵਾਲੀ ਸਾਈਡ ਤੋਂ ਫਿਰ ਮੈਂ ਕਹਿ ਰਿਹਾ ਉੱਪਰ ਵਾਲੀ ਸਾਈਡ ਤੋਂ ਪਿੰਚ ਕਰਨਾ ਨਹੀਂ ਭੁੱਲਣਾ ਅਤੇ ਬੈਕ ਸਾਈਡ ਤੱਕ ਚੰਗੀ ਤਰੀਕੇ ਨਾਲ ਖਿੱਚ ਪਾ ਕੇ ਫਿਰ ਆਪਾਂ ਲੜ ਨੂੰ ਛੱਡਣਾ। ਹੁਣ ਤੁਸੀਂ ਦੇਖੋ ਲੜ ਆਪਣਾ ਕਿੰਨਾ ਸੋਹਣਾ ਅਤੇ ਕਿੰਨਾ ਵਧੀਆ ਲੱਗਿਆ। ਕਿਤੋਂ ਵੀ ਆਪਾਂ ਨੂੰ ਵੱਟ ਥੋੜ੍ਹੇ ਲੱਗਦੇ ਨੇ ਆਪਾਂ ਨਾਲ ਦੀ ਨਾਲ ਸੈੱਟ ਕਰ ਲਾਂਗੇ। ਅਤੇ ਦੇਖੋ ਇਸ ਵਾਲੀ ਜਗ੍ਹਾ 'ਤੇ ਆਪਣਾ ਹੁਣ ਲੜ ਅੱਗੇ ਆ ਗਿਆ ਥੋੜ੍ਹਾ ਜਿਹਾ, ਥੋੜ੍ਹੇ ਥੋੜ੍ਹੇ ਵੱਟ ਜਿਹੜੇ ਨੇ ਢਿੱਲੇ ਰਹਿ ਜਾਣ ਅਤੇ ਕਸ ਪਾ ਕੇ ਇੱਦਾਂ ਕਰਕੇ ਲਾ ਦੇਣਾ। ਠੀਕ ਹੈ ਜੀ, ਅਤੇ ਉੱਪਰ ਵਾਲੀ ਸਾਈਡ ਤੋਂ ਦੁਬਾਰਾ ਤੋਂ ਵੇਖ ਲੈਣਾ। ਕਿਤੋਂ ਵੀ ਤੁਹਾਨੂੰ ਲੜ ਤੁਹਾਡਾ ਢਿੱਲਾ ਲੱਗਦਾ ਤਾਂ ਲੜ ਨੂੰ ਦੁਬਾਰਾ ਤੋਂ ਮੈਂ ਹਰ ਵੀਡੀਓ 'ਚ ਕਹਿੰਦਾ ਵੀਰੇ ਅਗਲੇ ਪਾਸੋਂ ਲੜ ਸੈੱਟ ਕਰਨਾ ਬਹੁਤ ਜ਼ਰੂਰੀ ਹੈ। ਲਓ ਜੀ ਇੱਥੋਂ ਆਪਣੀ ਪੱਗ ਦੀ ਜਿਹੜੀ ਸ਼ੇਪ ਹੈ ਉਹ ਪ੍ਰੋਪਰ ਬੰਨੀ ਤਿਆਰ ਹੋ ਗਈ ਹੈ। ਇਸ ਵਾਲੀ ਜਗ੍ਹਾ ਤੋਂ ਲੜ ਥੱਲੇ ਅਤੇ ਇਸ ਵਾਲੀ ਜਗ੍ਹਾ ਤੋਂ ਲੜ ਉੱਪਰ ਅਤੇ ਬੈਕ ਸਾਈਡ ਨੂੰ ਚੰਗੀ ਤਰ੍ਹਾਂ ਬਹਿਣੀ ਵੀ ਪੱਗ ਸ਼ੁਰੂ ਹੋ ਗਈ ਹੈ। ਠੀਕ ਹੈ ਜੀ, ਹੁਣ ਤੁਹਾਡੀ ਜਿਹੜੀ ਪੱਗ ਹੈ ਉਹ ਪਿੱਛੇ ਕਦੀ ਵੀ ਨਹੀਂ ਜਾਏਗੀ। ਜੇ ਤੁਸੀਂ ਇਸ ਤਰੀਕੇ ਨਾਲ ਲੜ ਲਾਉਂਦੇ ਹੋ ਤਾਂ, ਅਤੇ ਲਓ ਜੀ ਅਗਲਾ ਲੜ ਲਾਉਣ ਜਾ ਰਿਹਾ। ਅਗਲੇ ਲੜ ਦੇ ਵਿੱਚ ਸਾਰੇ ਵੀਰਾਂ ਨੂੰ ਸ਼ਾਇਦ ਪਤਾ ਹੀ ਹੋਏਗਾ ਜਿਹੜੇ ਜਿਹੜੇ ਵੀਰ ਆਪਣੇ ਨਾਲ ਪੁਰਾਣੇ ਵੀਡੀਓ ਦੇਖਦੇ ਨੇ ਕਿ ਇਸ ਵਾਲੇ ਲੜ ਦੇ ਵਿੱਚ ਆਪਾਂ ਜਿਹੜਾ ਹੈਗਾ ਉਹ ਅੰਦਰ ਵਾਲਾ ਪਾਸਾ ਕਦੀ ਵੀ ਬਾਹਰ ਨਹੀਂ ਕੱਢਦੇ। ਇਸ ਲੜ ਦੇ ਵਿੱਚ ਅੰਦਰ ਵਾਲਾ ਪਾਸਾ ਕਦੀ ਵੀ ਬਾਹਰ ਨਹੀਂ ਕੱਢਦੇ ਅਤੇ ਇਸ ਵਾਲੇ ਲੜ ਨੂੰ ਆਪਾਂ ਅੰਦਰ ਹੀ ਸੈੱਟ ਕਰਦੇ ਹਾਂ। ਦੇਖੋ ਇਸ ਮਟੀਰੀਅਲ ਨੂੰ ਇੱਦਾਂ ਰੱਖ ਲਿਆ, ਫਿਰ ਇੱਦਾਂ ਕੱਪੜੇ ਨੂੰ ਸੈੱਟ ਕਰ ਲਿਆ। ਜਿੱਥੇ ਵੀ ਪੱਗ ਦੀ ਬੁਣੀ ਆਪਾਂ ਨੂੰ ਲੱਗੀ ਥੋੜ੍ਹੀ ਸੈੱਟ ਨਹੀਂ ਉੱਥੋਂ ਆਪਾਂ ਸੈੱਟ ਕਰ ਲਈ। ਅਤੇ ਸੈੱਟ ਕਰਨ ਤੋਂ ਪਹਿਲਾਂ ਇਸ ਵਾਲੇ ਗੰਢ ਨੂੰ ਖੋਲ੍ਹ ਲੈਣਾ।
ਖੋਲਦੇ ਹੋਏ ਇਸ ਵਾਲੀ ਜਗ੍ਹਾ ਤੋਂ ਫਿਰ ਆਪਾਂ ਹੱਥ ਪਾ ਕੇ ਅੰਦਰ ਵਾਲੀ ਪਾਸੇ ਹੱਥ ਪਾ ਲਿਆ, ਹੱਥ ਪਾ ਕੇ ਉਸ ਜਗ੍ਹਾ ਤੇ ਲੜ ਰੱਖਣਾ ਹੈ। ਹੁਣ ਤੁਸੀਂ ਦੇਖੋ ਇਸ ਵਾਲੀ ਜਗ੍ਹਾ ਦੇ ਉੱਪਰ ਆਪਣਾ ਜਿਹੜਾ ਹੈਗਾ ਇਹ ਲੜ ਨੂੰ ਉੱਪਰ ਚੱਕਤਾ, ਉੱਪਰ ਚੱਕਦੇ ਹੋਏ ਥੱਲੇ ਜਦੋਂ ਲੜ ਖਿੱਚਾਂਗੇ, ਅਗਰ ਆਪਣਾ ਲੜ ਜ਼ਿਆਦਾ ਚੌੜਾ ਹੈ, ਇਸ ਵਾਲੀ ਜਗ੍ਹਾ ਤੋਂ ਜ਼ਿਆਦਾ ਚੌੜਾ ਲੜ ਆਉਂਦਾ, ਤਾਂ ਇਹਨੂੰ ਆਪਾਂ ਕੀ ਕਰਨਾ, ਅੰਦਰ ਵਾਲੀ ਸਾਈਡ ਤੋਂ ਪਤਲਾ ਲੜ ਖਿੱਚ ਕੇ ਉੱਪਰ ਵਾਲੇ ਪਾਸੋਂ ਪਤਲੇ ਪਾਸੇ ਨਾਲ ਮਟੀਰੀਅਲ ਸਾਰਾ ਉੱਪਰ ਚੱਕ ਦੇਣਾ ਅਤੇ ਪਤਲਾ ਪਾਸਾ ਥੱਲੇ ਖਿੱਚ ਲੈਣਾ। ਲਓ ਜੀ, ਪਤਲਾ ਪਾਸਾ ਥੱਲੇ ਖਿੱਚ ਕੇ ਇੱਦਾਂ ਉਂਗਲਾਂ ਦੀ ਮਦਦ ਨਾਲ ਬਿਲਕੁਲ ਸਾਫ਼ ਸੁਥਰਾ ਅਤੇ ਵਧੀਆ ਲੜ ਕਰ ਲੈਣਾ ਬੈਕ ਸਾਈਡ ਤੱਕ। ਜੇ ਤੁਹਾਨੂੰ ਲੱਗੇ ਉੱਪਰ ਵਾਲਾ ਮਟੀਰੀਅਲ ਆਪਣਾ ਢਿੱਲਾ ਹੈ ਅਤੇ ਮਟੀਰੀਅਲ ਨੂੰ ਪਹਿਲਾਂ ਇੱਦਾਂ ਕਰਕੇ ਹੱਥਾਂ ਦੀ ਮਦਦ ਨਾਲ ਸੈੱਟ ਕਰ ਲਓ। ਕਸ ਪੈ ਗਈ, ਕਸ ਪੈਣ ਤੋਂ ਬਾਅਦ ਜਿਹੜਾ ਫਿਰ ਆਪਾਂ ਅਗਲੇ ਪਾਸੇ ਤੱਕ। ਹੁਣ ਇਸ ਵਾਲੇ ਲੜ ਦੇ ਵਿੱਚ ਬੜੇ ਸਾਰੇ ਵੀਰਾਂ ਦੇ ਕੀ ਹੁੰਦੇ ਨੇ, ਸਾਰੀ ਪੱਗ ਦੀ ਸ਼ੇਪ ਇਸ ਵਾਲੇ ਲੜ ਦੇ ਵਿੱਚ ਹੀ ਵੀਰ ਕਈ ਖਰਾਬ ਕਰ ਲੈਂਦੇ ਨੇ। ਬੈਕ ਸਾਈਡ ਤੱਕ ਚੰਗੀ ਤਰੀਕੇ ਨਾਲ ਪੱਗ ਬੰਨ ਲੈਣਗੇ, ਸਾਰੇ ਲੜ ਚੰਗੇ ਤਰੀਕੇ ਨਾਲ ਲਾ ਲੈਣਗੇ, ਲੇਕਿਨ ਇਸ ਵਾਲੇ ਲੜ ਦੇ ਵਿੱਚ ਕੀ ਕਰਨਗੇ, ਸਾਰੇ ਵੀਰ ਗਲਤੀ ਕਰ ਦੇਣਗੇ ਕਿ ਜਿਹੜੇ ਆਪਣੇ ਨੇ ਪੱਗ ਦੀ ਸ਼ੇਪ ਖਰਾਬ ਕਰ ਦੇਣਗੇ। ਦੇਖੋ ਹੁਣ ਮੈਂ ਇਹ ਵਾਲਾ ਅੱਧੀ ਅੱਖ ਆਪਣੀ ਇਹਦੇ ਨਾਲ ਟੱਕ ਰਹੀ ਹੈ, ਲੇਕਿਨ ਆਪਾਂ ਇਹਨੂੰ ਕੀ ਕਰਾਂਗੇ, ਇੱਥੇ ਜਗ੍ਹਾ ਕਿ ਇੱਥੋਂ ਨਹੀਂ ਪਿੰਚ ਕਰਨਾ ਸ਼ੁਰੂ ਕਰਨਾ, ਨੱਕ ਦੀ ਸ਼ੇਪ ਤੋਂ ਥੋੜ੍ਹੇ ਜਿਹਾ ਅੱਗੇ ਪਿੰਚ ਕਰਾਂਗੇ ਇੱਥੇ, ਇੱਕ ਦੋ ਤਿੰਨ ਅਤੇ ਚਾਰ, ਅਤੇ ਆਪਣਾ ਉਨੀ ਅੱਖ ਦੇ ਉੱਪਰ ਜਿਹੜੇ ਨਾਲ ਲੜ ਆਪਾਂ ਇੱਧਰ ਰੱਖਿਆ ਹੋਇਆ ਉਨੀ ਅੱਖ ਦੇ ਉੱਪਰ ਲੜ ਰੱਖਦੇ ਹੋਏ ਉੱਥੇ ਜਗ੍ਹਾ ਦੇ ਉੱਪਰ ਹੀ ਆਪਾਂ ਪਿੰਚ ਕਰ ਦਾਂਗੇ। ਦੇਖੋ ਬਰਾਬਰ ਬਰਾਬਰ ਹੋ ਗਿਆ ਲੜ, ਠੀਕ ਹੈ। ਦੁਬਾਰਾ ਤੋਂ ਤੁਹਾਨੂੰ ਦੱਸ ਦੇਣਾ, ਦੇਖੋ ਆਹ ਵਾਲੀ ਅੱਖ ਟੱਕੀ ਗਈ, ਇੱਕ ਦੋ ਤਿੰਨ ਅਤੇ ਚਾਰ, ਚਾਰ ਜਾਂ ਪੰਜ ਵੱਟ ਜਿੰਨੇ ਵੀ ਆਪਣੇ ਪੈਂਦੇ ਨੇ ਉਹਨਾਂ ਨੂੰ ਪਾ ਕੇ ਪਿੰਚ ਕਰ ਦੇਣਾ, ਫਰੰਟ 'ਤੇ ਪਿੰਚ ਕਰਕੇ ਇੱਦਾਂ ਪਿੱਛੇ ਨੂੰ, ਉੱਪਰ ਵਾਲੀ ਸਾਈਡ ਤੋਂ ਚੰਗੀ ਤਰ੍ਹਾਂ ਖਿੱਚ ਪਾ ਦਿੱਤੀ ਅਤੇ ਇਸ ਵਾਲੀ ਜਗ੍ਹਾ ਦੇ ਉੱਪਰ ਆਪਾਂ ਚੰਗੀ ਤਰ੍ਹਾਂ ਨੱਪ ਦੇਣਾ। ਨੱਪਦੇ ਹੋਏ ਉੱਪਰ ਵਾਲੀ ਜਗ੍ਹਾ ਤੋਂ ਵੱਟ ਜਿਹੜੇ ਨੇ ਆਪਾਂ ਖੋਲ੍ਹ ਦਾਂਗੇ। ਲਓ ਜੀ, ਖੋਲ੍ਹਦੇ ਹੋਏ ਬੈਕ ਸਾਈਡ 'ਤੇ ਆਪਾਂ ਚੰਗੇ ਤਰੀਕੇ ਨਾਲ ਲੜਨ ਨੂੰ ਲਾ ਦੇਣਾ। ਹੁਣ ਤੁਸੀਂ ਦੇਖੋ ਇਹ ਵਾਲੀ ਅੱਖ ਅਤੇ ਇਹ ਵਾਲੀ ਅੱਖ ਆਪਣੀ ਜਿਹੜੀ ਹੈਗੀ ਹੈ ਤਕਰੀਬਨ ਬਰਾਬਰ ਜੀ ਹੈ, ਪਰ ਫਿਰ ਵੀ ਆਪਾਂ ਇਹਨਾਂ ਨੂੰ ਕੀ ਕਰਾਂਗੇ, ਲੜ ਨੂੰ ਪੂਰਾ ਚੰਗੀ ਤਰੀਕੇ ਨਾਲ ਸੈੱਟ ਕਰਾਂਗੇ। ਸੈੱਟ ਕਰਨ ਵਾਸਤੇ ਇਸ ਵਾਲੇ ਲੜ ਨੂੰ ਆਪਾਂ ਕੀ ਕਰਾਂਗੇ, ਪਹਿਲਾਂ ਇੱਥੇ ਰੱਖ ਲਾਂਗੇ ਅਤੇ ਇਹ ਵਾਲੇ ਲੜ ਨੂੰ ਜਿਹੜਾ ਹੈਗਾ ਬੈਕ ਸਾਈਡ 'ਤੇ ਚੰਗੀ ਤਰੀਕੇ ਨਾਲ ਖਿੱਚ ਪਾ ਕੇ ਚੰਗੇ ਤਰੀਕੇ ਨਾਲ ਟੰਗ ਦਾਂਗੇ ਵਿਚਕਾਰ। ਟੰਗਦੇ ਹੁਣ ਤੁਸੀਂ ਆਪਾਂ ਕੀ ਕਰਨਾ, ਹੁਣ ਆਪਾਂ ਫਰੰਟ ਵਾਲੀ ਜਗ੍ਹਾ 'ਤੇ ਜਿਹੜਾ ਲੜ ਹੈ ਉਹਨੂੰ ਆਪਾਂ ਸੈੱਟ ਕਰਨਾ। ਉਹਨੂੰ ਸੈੱਟ ਕਰਨਾ ਕੀ ਹੈ, ਬਾਜ ਦੀ ਮਦਦ ਨਾਲ ਵੀ ਕਰ ਸਕਦੇ ਹਾਂ, ਖੰਦੂਈ ਦੀ ਮਦਦ ਨਾਲ ਵੀ ਕਰ ਸਕਦੇ ਹਾਂ। ਹੁਣ ਤੁਹਾਨੂੰ ਤਰੀਕਾ ਦੱਸਦਾ, ਫਰੰਟ ਵਾਲੀ ਜਗ੍ਹਾ ਤੋਂ ਅਗਰ ਤੁਹਾਡਾ ਲੜ ਬਾਹਰ ਆ ਰਿਹਾ ਤਾਂ ਇਹਨੂੰ ਆਪਾਂ ਇੱਦਾਂ ਕਰਕੇ ਥੋੜ੍ਹਾ ਜਿਹਾ ਉੱਤੇ ਚੱਕ ਦੇਣਾ, ਇੱਦਾਂ ਕਰਕੇ ਥੋੜ੍ਹਾ ਥੋੜ੍ਹਾ ਉੱਤੇ ਚੱਕ ਕੇ ਜਿਹੜੇ ਜਿਹੜੇ ਵੀ ਆਪਣੇ ਪਿੰਚ ਬਾਹਰ ਨਿਕਲ ਰਹੇ ਨੇ ਬਾਜ ਦੀ ਮਦਦ ਨਾਲ ਇੱਦਾਂ ਕਰਕੇ ਸੈੱਟ ਕਰ ਦੇਣੇ। ਅਤੇ ਇਸ ਵਾਲੀ ਜਗ੍ਹਾ 'ਤੇ ਉੱਪਰ ਆਪਾਂ ਲੜ ਜਿਹੜੇ ਨੇ ਉਹ ਥੋੜ੍ਹੇ ਥੋੜ੍ਹੇ ਇੱਦਾਂ ਕਰਕੇ ਵੀ ਖੋਲ੍ਹ ਸਕਦੇ ਹਾਂ ਅਤੇ ਫਰੰਟ ਵਾਲੇ ਪਾਸੋਂ। ਅਤੇ ਲਓ ਜੀ, ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਹੈਗਾ ਆਪਣਾ ਫਰੰਟ ਤੋਂ ਲੜ ਜਿਹੜੇ ਨੇ ਉਹ ਬਿਲਕੁਲ ਸੈੱਟ ਹੋ ਚੁੱਕੇ ਨੇ। ਲਓ ਜੀ, ਇੱਥੋਂ ਆਪਾਂ ਪਿੰਚ ਕਰਤਾ, ਪਿੰਚ ਕਰਕੇ ਆਪਣਾ ਮਟੀਰੀਅਲ ਸਾਰਾ ਇਕੱਠਾ ਹੋ ਗਿਆ। ਹੁਣ ਆਪਾਂ ਕੀ ਕਰਨਾ, ਇੱਥੇ ਪਹਿਲਾਂ ਪੱਗ ਪਿੰਨ ਲਗਾ ਦੇਣੀ ਹੈ। ਪੱਗ ਪਿੰਨ ਲਗਾਉਣੀ ਬਹੁਤ ਜ਼ਰੂਰੀ ਹੈ, ਅਗਰ ਤੁਹਾਡੇ ਲੜ ਖਿਸਕਦੇ ਨੇ ਤਾਂ ਪੱਗ ਪਿੰਨ ਜ਼ਰੂਰ ਲਗਾਓ। ਇੱਥੇ ਆਪਾਂ ਪੱਗ ਪਿੰਨ ਇੱਦਾਂ ਲਗਾ ਦੇਣੀ ਹੈ
ਨੱਕ ਦੀ ਸੇਧ ਤੋਂ ਥੋੜਾ ਜਿਹਾ ਅੱਗੇ, ਨੱਕ ਦੀ ਸੇਧ ਤੋਂ ਥੋੜਾ ਜਿਹਾ ਅੱਗੇ ਆਪਾਂ ਕੀ ਕਰਨਾ, ਇੱਦਾਂ ਟੇਡ ਦੇ ਵਿੱਚ ਪੱਗ ਬਿਨ ਲਗਾਤੀ। ਹੁਣ ਆਪਣਾ ਕੀ ਹੈਗਾ ਇੱਥੇ ਇਸ ਵਾਲੀ ਜਗ੍ਹਾ ਤੋਂ ਜਿਹੜਾ ਲੜ ਹੈ ਉਹ ਨਹੀਂ, ਅਤੇ ਹੁਣ ਤੁਸੀਂ ਦੇਖੋ ਨੱਕ ਦੀ ਸੇਧ ਤੋਂ ਆਪਣੀ ਜਿਹੜੀ ਪੱਗ ਦੀ ਸ਼ੇਪ ਹੈ ਉਹ ਟੇਢੀ ਬਣਦੀ ਹੈ। ਇਹ ਟੇਢੀ ਬਣਨ ਦਾ ਕਾਰਨ ਇਸੇ ਕਰਕੇ ਹੈ ਕਿਉਂਕਿ ਆਪਾਂ ਜਿਹੜਾ ਪਹਿਲਾਂ ਲੜ ਰੱਖਿਆ ਸੀ ਉਹ ਰੱਖਿਆ ਸੀ ਟੇਢ ਦੇ ਵਿੱਚ। ਬਹੁਤ ਸਾਰੇ ਵੀਰ ਕੀ ਗਲਤੀ ਕਰਦੇ ਨੇ, ਇਸ ਵਾਲੀ ਜਗ੍ਹਾ ਤੋਂ ਇਸ ਲੜ ਨੂੰ ਫੜ ਕੇ ਨਾ ਖਿੱਚ ਦੇਣਗੇ, ਉੱਪਰ ਵਾਲੀ ਸਾਈਡ ਤੋਂ ਖਿੱਚਣਗੇ, ਅਤੇ ਖਿੱਚਣ ਨਾਲ ਕੀ ਹੁੰਦਾ ਉਹ ਲੜ ਥੋੜ੍ਹਾ ਜਿਹਾ ਇੱਧਰ ਚੱਲ ਜਾਂਦਾ। ਇੱਦਾਂ ਨਹੀਂ ਕਰਨਾ ਵੀਰੇ, ਇਹ ਵੀ ਸਭ ਤੋਂ ਵੱਡੀ ਜਿਹੜੀ ਗਲਤੀ ਆਪਾਂ ਕਰਦੇ ਹਾਂ ਕਿ ਇਹ ਵਾਲਾ ਲੜ ਜਿਹੜਾ ਆਪਾਂ ਖਿੱਚ ਦਿੰਦੇ, ਇਹਨੂੰ ਆਪਾਂ ਕੀ ਕਰਨਾ ਇੱਥੇ ਉਂਗਲ ਦੀ ਮਦਦ ਨਾਲ ਥੋੜ੍ਹਾ ਜਿਹਾ ਲੜ ਨੂੰ, ਕਿਉਂਕਿ ਉਂਗਲ ਦੀ ਮਦਦ ਨਾਲ ਜਦੋਂ ਕਰਾਂਗੇ ਨਾ ਸਾਰੇ ਲੜ ਜਿਹੜੇ ਨੇ ਆਪਣੇ ਉਹ ਇੱਕ ਸਾਈਡ ਨੂੰ ਜਾਣਗੇ, ਅਤੇ ਉੱਥੇ ਆਪਣਾ ਜਿਹੜਾ ਲੜ ਹੈ ਸਹੀ ਹੋ ਜਾਏਗਾ, ਨੱਕ ਦੀ ਸੀਧ ਤੋਂ ਲੜ ਜਿਹੜਾ ਉਹ ਸਹੀ ਹੋ ਜਾਏਗਾ। ਬਹੁਤ ਸਾਰੇ ਵੀਰਾਂ ਦੇ ਇੱਦਾਂ ਕਰਦੇ ਨੇ ਕਿ ਇੱਥੋਂ ਜਿਹੜਾ ਲੜਨੇ ਉਹ ਖਿੱਚ ਦੇਣਗੇ, ਜਦੋਂ ਖਿੱਚਣ ਨਾਲ ਕੀ ਹੁੰਦਾ ਇੱਦਾਂ ਕਰਕੇ ਲੜ ਖਿੱਚਣ ਨਾਲ ਉਹ ਲੜ ਦੇ ਥੱਲੇ ਲੜ ਵੜ ਜਾਂਦਾ, ਅਤੇ ਆਪਣੀ ਜਿਹੜੀ ਪੱਗ ਦੀ ਸ਼ੇਪ ਹੈ ਅਗਲੇ ਪਾਸੋਂ ਵੀ ਚੱਕੀ ਜਾਂਦੀ ਹੈ ਅਤੇ ਪੱਗ ਸਾਰੀ ਪਿੱਛੇ ਚਲੀ ਜਾਂਦੀ ਹੈ। ਠੀਕ ਹੈ ਜੀ, ਅਤੇ ਇੱਦਾਂ ਨਹੀਂ ਕਰਨਾ। ਹੁਣ ਤੁਸੀਂ ਦੇਖੋ ਆਪਾਂ ਆਹ ਵਾਲਾ ਲੜ ਵੀ ਲਾਵਾਂਗੇ, ਆਹ ਵਾਲਾ ਲੜ ਲਾਉਣ ਤੋਂ ਬਾਅਦ ਜਿਹੜੀ ਆਪਣੀ ਪੱਗ ਦੀ ਸ਼ੇਪ ਹੈ ਅੱਖਾਂ ਦੇ ਬਰਾਬਰ ਬਿਲਕੁਲ ਬਰਾਬਰ ਹੋ ਜਾਏਗੀ ਅਤੇ ਬਿਲਕੁਲ ਵੀ ਬਣ ਜਾਏਗੀ। ਲਓ ਜੀ ਹੁਣ ਤੁਹਾਨੂੰ ਆਹ ਵੀ ਲੜ ਲਾ ਕੇ ਦਿਖਾਉਂਦੇ ਹਾਂ, ਅਤੇ ਉਮੀਦ ਕਰਦੇ ਹਾਂ ਸਾਰੇ ਵੀਰਾਂ ਨੂੰ ਹਰ ਗੱਲ ਦਾ ਸਮਝ ਆ ਰਹੀ ਹੋਏਗੀ। ਜਿਹੜੇ ਜਿਹੜੇ ਵੀਰਾਂ ਨੂੰ ਨਹੀਂ ਸਮਝ ਆ ਰਹੀ ਉਹ ਵੀ ਕਮੈਂਟ ਬੋਕਸ ਦੇ ਵਿੱਚ ਕਮੈਂਟ ਕਰ ਦਿੰਦੇ, ਅਤੇ ਜਿਹੜੇ ਜਿਹੜੇ ਵੀਰਾਂ ਨੂੰ ਇਸ ਤੋਂ ਇਲਾਵਾ ਵੀ ਕੋਈ ਦਿੱਕਤ ਆ ਰਹੀ ਹੈ ਉਹ ਵੀ ਜ਼ਰੂਰ ਕਮੈਂਟ ਕਰ ਦਿੰਦੇ। ਦੇਖੋ ਇਸ ਵੇਲੇ ਲੜ ਨੂੰ ਆਪਾਂ ਸਿੱਧਾ ਇਹ ਕਰਕੇ ਰੱਖ ਲਿਆ, ਸਿੱਧਾ ਕਰ ਰੱਖਦੇ ਹੋਏ ਇੱਦਾਂ ਕਰਕੇ ਵੱਟ ਕੱਢ ਲੈਣੇ, ਵੱਟ ਕੱਢਦੇ ਹੋਏ ਸਿੱਧਾ ਕਰਕੇ ਸਟੇਟ ਕਰ ਲਿਆ, ਸਟੇਟ ਕਰਦੇ ਹੋਏ ਹੀ ਆਪਾਂ ਇੱਦਾਂ ਬਿਲਕੁਲ ਹੱਥ 'ਚ ਫੜਦੇ ਹੋਏ ਲੜ ਨੂੰ ਅਤੇ ਇਸ ਲੜ ਨੂੰ ਲਾ ਦੇਣਾ। ਅਤੇ ਬੜੇ ਸਾਰੇ ਵੀਰਾਂ ਦਾ ਹੁਣ ਮੈਂ ਫਿਰ ਕਹਿਣ ਜਾ ਰਿਹਾ ਕਿ ਇਹ ਵਾਲਾ ਲੜ ਵੀ ਜਿਹੜੇ ਹੈਗਾ ਉਹ ਖਿਸਕ ਜਾਂਦਾ, ਜਿਹੜੇ ਵੀਰਾਂ ਦਾ ਇਹ ਵਾਲਾ ਲੜ ਜਿਹੜਾ ਲਾਸਟ ਵਾਲਾ ਲੜ ਵੀ ਖਿਸਕਦਾ, ਉਸ ਵੀਰਾਂ ਨੂੰ ਮੈਂ ਇਹ ਕਹਿਣ ਦੇਵਾਂ ਕਿ ਇਸ ਲੜ ਨੂੰ ਥੋੜ੍ਹਾ ਥੋੜ੍ਹਾ ਗਿੱਲਾ ਕਰ ਲਿਆ ਕਰੋ, ਇੱਦਾਂ ਕਰਕੇ ਹੱਥ ਲਾ ਕੇ ਅੰਦਰਲੇ ਪਾਸੋਂ ਜਿੱਥੋਂ ਤੁਹਾਡਾ ਲੜ ਗਿੱਲਾ, ਜਿੱਥੋਂ ਲੜ ਤੁਹਾਡਾ ਖਿਸਕਦਾ ਉਸ ਜਗ੍ਹਾ ਤੋਂ ਥੋੜ੍ਹਾ ਥੋੜ੍ਹਾ ਗਿੱਲਾ ਕਰ ਲਿਆ। ਗਿੱਲਾ ਕਰਨ ਤੋਂ ਬਾਅਦ ਇਸ ਜਗ੍ਹਾ ਤੋਂ ਇੱਦਾਂ ਕਰਕੇ ਹੱਥ ਫੇਰਦੇ ਹੋਏ ਥੋੜ੍ਹਾ ਗਿੱਲੇ ਗਿੱਲੇ ਲੜ ਨਾਲ, ਅਤੇ ਇਸ ਜਗ੍ਹਾ ਤੋਂ ਹੱਥ ਰੱਖਦੇ ਹੋਏ ਇੱਦਾਂ ਕਰਕੇ ਆਪਾਂ ਲੜ ਨੂੰ ਲਾ ਲਾਂਗੇ। ਠੀਕ ਹੈ, ਇਸ ਲੜ ਨੂੰ ਇੱਦਾਂ ਲਾ ਲਿਆ, ਲਾਉਂਦੇ ਹੋਏ ਤੁਸੀਂ ਦੇਖੋ ਇਸ ਜਗ੍ਹਾ ਤੋਂ ਘੁਮਾਤਾ, ਘੁਮਾਉਂਦੇ ਇਹ ਆਪਣਾ ਕਲਗੀ ਲੜ ਲੱਗ ਜਾਏਗਾ ਬਹੁਤ ਹੀ ਸੌਖੇ ਤਰੀਕੇ ਵਾਲਾ, ਬਹੁਤ ਹੀ ਸੌਖੇ ਤਰੀਕੇ ਵਾਲਾ ਆਪਾਂ ਕਲਗੀ ਲੜ ਲਾ ਦਿੱਤਾ। ਅਤੇ ਕਲਗੀ ਲੜ ਲਾਉਂਦੇ ਹੋਏ ਆਪਾਂ ਇੱਕ ਚੀਜ਼ ਦਾ ਸਾਰੇ ਵੀਰਾਂ ਨੂੰ ਹਰ ਵੀਡੀਓ 'ਚ ਕਹਿੰਦੇ ਹਾਂ ਕਿ ਵੀਰੇ ਪਿੰਨਾਂ ਦਾ ਜ਼ਰੂਰ ਧਿਆਨ ਰੱਖਣਾ, ਪਿੰਨਾਂ ਲਾਣੀਆਂ ਨਹੀਂ ਭੁੱਲਣੀਆਂ। ਲਓ ਜੀ ਹੁਣ ਤੁਸੀਂ ਦੇਖੋ ਆਪਣੀ ਜਿਹੜੀ ਕਲਗੀ ਲੜ ਲੱਗ ਗਿਆ, ਕਲਗੀ ਲੜ ਲੱਗਣ ਤੋਂ ਬਾਅਦ ਇਹ ਵਾਲਾ ਅੱਖ ਵਾਲਾ ਲੜ ਵੀ ਜਿਹੜਾ ਹੈਗਾ ਆਪਣਾ ਲੱਗ ਗਿਆ, ਅਤੇ ਦੋਨੇ ਲੜ ਆਪਣੇ ਬਰਾਬਰ ਨੇ, ਅਤੇ ਇਸ ਵਾਲੀ ਜਗ੍ਹਾ ਤੋਂ ਆਪਾਂ ਜਿਹੜੀ ਵੀ ਹੈ ਉਹ ਆਪਾਂ ਬਾਜ ਦੀ ਮਦਦ ਨਾਲ ਸੈੱਟ ਕਰ ਲਾਂਗੇ। ਇਹ ਇੱਦਾਂ ਕਰਕੇ ਲੜ ਨੂੰ ਥੋੜ੍ਹਾ ਜਿਹਾ ਆਪਾਂ ਇੱਦਾਂ ਕਰਕੇ ਬਾਜ ਨਾਲ ਚੱਕ ਲੈਣਾ, ਹਰੇਕ ਲੜ ਨੂੰ ਥੋੜ੍ਹਾ ਥੋੜ੍ਹਾ ਉੱਤੇ ਚੱਕਾਂਗੇ ਨਾ, ਅਤੇ ਆਪਣੀ ਪੱਗ ਦੀ ਜਿਹੜੀ ਸ਼ੇਪ ਹੈ ਜਿਹੜੀ ਅਗਲੇ ਪਾਸੋਂ ਵੀ ਹੈ ਉਹ ਬਿਲਕੁਲ ਸਿੱਧੀ ਬਣ ਜਾਏਗੀ। ਇਹ ਲਓ ਜੀ
ਜਿੱਥੇ ਤੁਹਾਨੂੰ ਲੜ ਲੱਗੇ ਸਾਫ਼ ਨਹੀਂ, ਸਾਫ਼ ਕਰ ਲੈਣਾ। ਅਤੇ ਦੇਖੋ ਪੱਗ ਦੀ ਜਿਹੜੀ ਵੀ ਹੈ ਬਿਲਕੁਲ ਸਿੱਧੀ ਅਤੇ ਬਿਲਕੁਲ ਵਧੀਆ ਤਰੀਕੇ ਨਾਲ ਬਣ ਗਈ। ਤੁਸੀਂ ਇਸ ਵੇਲੇ ਲੜ ਨੂੰ ਨਹੀਂ ਖਿੱਚਣਾ, ਕਦੀ ਵੀ ਇਸ ਵੇਲੇ ਲੜ ਨੂੰ ਇੱਦਾਂ ਜ਼ੋਰ ਨਾਲ ਫਰੰਟ ਤੋਂ ਨਹੀਂ ਖਿੱਚਣਾ। ਫਰੰਟ ਨਾਲ ਖਿੱਚਣ ਨਾਲ ਕੀ ਹੁੰਦਾ, ਆਪਣਾ ਲੜ ਜਿਹੜਾ ਉਹ ਅੰਦਰ ਵੜ ਜਾਏਗਾ ਅਤੇ ਪੱਗ ਦੀ ਸ਼ੇਪ ਸਾਰੀ ਖਰਾਬ ਹੋ ਜਾਏਗੀ। ਅਤੇ ਪੱਗ ਦੀ ਹੁਣ ਤੁਸੀਂ ਸ਼ੇਪ ਦੇਖ ਲਓ ਸਾਰੇ ਵੀ ਕਿ ਪੱਗ ਦੀ ਸ਼ੇਪ ਕਿੰਨੀ ਸੋਹਣੀ ਅਤੇ ਕਿੰਨੀ ਵਧੀਆ ਅਤੇ ਕਿੰਨੀ ਸਾਫ਼ ਸੁਥਰੀ ਆਪਾਂ ਬਣਾਈ ਹੈ ਅਤੇ ਕਿੰਨੀ ਜਲਦੀ ਤੁਹਾਨੂੰ ਪੱਗ ਬੰਨ ਕੇ ਦਿਖਾਈ ਹੈ। ਪੱਗ ਦੇ ਵਿੱਚ ਕੋਈ ਆਪਾਂ ਜ਼ਿਆਦਾ ਵੱਟ ਵੁੱਟ ਵੀ ਨਹੀਂ ਦੇਖੇ ਕਿ ਜਿੰਨੀ ਕੁ ਵੱਟ ਬਣੇ ਉਨੇ ਕੁ ਵੱਟ ਬਣਾ ਤੇ, ਅਤੇ ਪੱਗ ਦੀ ਸ਼ੇਪ ਤੁਹਾਡੇ ਸਾਹਮਣੇ ਬਹੁਤ ਸੋਹਣੀ ਅਤੇ ਬਹੁਤ ਵਧੀਆ ਤਰੀਕੇ ਨਾਲ ਆ ਗਈ ਹੈ। ਅਤੇ ਇੱਦਾਂ ਹੀ ਬਿਲਕੁਲ ਪਿਆਰ ਅਤੇ ਆਰਾਮ ਨਾਲ ਪੱਗ ਬੰਨਿਆ ਕਰੋ। ਤੁਹਾਡੀ ਪੱਗ ਦੇ ਜਿਹੜੇ ਲੜ ਨੇ ਅੱਖਾਂ ਵਾਲੇ ਲੜ ਜੇ ਅਤੇ ਜਾਂ ਪੱਗ ਜਿਹੜੀ ਹੈ ਤੁਹਾਡੀ ਬੈਕ ਸਾਈਡ ਨਹੀਂ ਜਾਏਗੀ। ਇਹ ਸਾਰੀਆਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਜੇ, ਠੀਕ ਹੈ ਜੀ। ਅਤੇ ਆਓ ਹੁਣ ਆਪਾਂ ਸਿਰ ਢੱਕਦੇ ਹਾਂ। ਸਿਰ ਢੱਕਣ ਦਾ ਤਰੀਕਾ ਸਾਰੇ ਵੀਰਾਂ ਨੂੰ ਪਤਾ ਹੀ ਹੈ। ਇਸ ਵਾਲੀ ਜਗ੍ਹਾ ਤੋਂ ਆਪਾਂ ਲੜ ਨੂੰ ਉੱਪਰ ਕਰ ਲਿਆ, ਉੱਪਰ ਕਰਦੇ ਹੋਏ ਸਾਰੇ ਲੜ ਨੂੰ ਚੰਗੀ ਤਰੀਕੇ ਨਾਲ ਖੋਲ ਲੈਣਾ। ਖੋਲਦੇ ਹੋਏ ਦੋਨੇ ਲੜਾਂ ਦੇ ਸਾਈਡਾਂ ਦੇ ਉੱਪਰ ਚੰਗੇ ਤਰੀਕੇ ਨਾਲ ਆਪਾਂ ਲੜ ਨੂੰ ਦਬਾ ਲੈਣਾ। ਇੱਕ ਸਾਈਡ ਤੋਂ ਦਬਾ ਲਿਆ, ਹੁਣ ਦੂਜੀ ਸਾਈਡ ਤੋਂ ਕੀ ਕਰਨਾ, ਅਗਲੇ ਪਾਸੋਂ ਜ਼ਰੂਰ ਦਬਾ ਲੈਣਾ, ਕਿਉਂਕਿ ਬੜੇ ਸਾਰੇ ਵੀਰਾਂ ਦਾ ਅਗਲੇ ਪਾਸੋਂ ਵੀ ਜਿਹੜਾ ਲੜ ਹੈ ਉਹ ਢਿੱਲਾ ਰਹਿ ਜਾਂਦਾ। ਇੰਨਾ ਅੰਗੂਠੇ ਦੀ ਮਦਦ ਨਾਲ, ਹੱਥਾਂ ਦੀ ਉਂਗਲਾਂ ਦੀ ਮਦਦ ਨਾਲ ਚੰਗੀ ਤਰ੍ਹਾਂ ਲੜਾਂ ਨੂੰ ਇੱਦਾਂ ਦਬਾ ਦੇਣਾ ਦੋਨਾਂ ਸਾਈਡਾਂ ਤੋਂ। ਦਬਾਉਂਦੇ ਹੋਏ ਹੁਣ ਆਪਾਂ ਕੀ ਕਰਨਾ, ਸਿਰ ਦੇ ਵਿਚਾਲੇ ਹੱਥ ਰੱਖਦੇ ਹੋਏ ਇਕੱਲੀ ਇਕੱਲੀ ਕੰਨੀ ਨੂੰ ਖਿੱਚ ਲਾਂਗੇ, ਦੋਨੇ ਕੰਨੀਆਂ ਨੂੰ ਖੋਲ੍ਹ ਕੇ ਇਕੱਲੀ ਇਕੱਲੀ ਕੰਨੀ ਨੂੰ ਇੱਦਾਂ ਖਿੱਚ ਲਾਂਗੇ। ਅਤੇ ਖਿੱਚਣਾ ਪਿਆਰ ਨਾਲ ਹੈ, ਕਿਉਂਕਿ ਇਹ ਲੜ ਦਾ ਜਿਹੜਾ ਕੰਟੈਕਟ ਹੁੰਦਾ, ਇਹ ਵਾਲੇ ਲੜ ਦਾ ਕੰਟੈਕਟ ਹੁੰਦਾ ਜਿਹੜਾ ਫਰੰਟ ਪਹਿਲੇ ਲੜ ਨਾਲ ਹੁੰਦਾ। ਅਤੇ ਜਦੋਂ ਵੀ ਆਪਾਂ ਇਸ ਲੜ ਨੂੰ ਵੀ ਜ਼ੋਰ ਨਾਲ ਖਿੱਚਾਂਗੇ ਤਾਂ ਆਪਣਾ ਲੜ ਜਿਹੜਾ ਕੀ ਹੈ ਉਹ ਬੈਕ ਸਾਈਡ ਨੂੰ ਚਲਾ ਜਾਏਗਾ। ਦੇਖੋ ਚੰਗੇ ਤਰੀਕੇ ਨਾਲ ਖਿੱਚ ਲਿਆ, ਖਿੱਚਦੇ ਹੋਏ ਦੋਨੇ ਸਾਈਡਾਂ ਤੋਂ ਫੋਲਡ ਕਰ ਲੈਣਾ। ਇੱਦਾਂ ਖਿੱਚ ਪਾ ਕੇ ਇੱਦਾਂ ਕਰਕੇ ਲੜ ਨੂੰ ਵਧੀਆ ਤਰੀਕੇ ਨਾਲ ਲਾ ਦੇਣਾ। ਕੋਈ ਵੀ ਲੜ ਤੁਹਾਨੂੰ ਦੱਬਿਆ ਦੁੱਬਿਆ ਲੱਗਦਾ ਉੱਪਰ ਵਾਲੀ ਸਾਈਡ ਤੋਂ, ਉਹਨੂੰ ਆਪਾਂ ਸੈੱਟ ਕਰ ਦੇਣਾ। ਬਾਕੀ ਆਪਾਂ ਆਵਾਜ਼ ਦੀ ਮਦਦ ਨਾਲ ਵੀ ਇਸ ਲੜਾਂ ਨੂੰ ਸੈੱਟ ਕਰ ਸਕਦੇ ਹਾਂ। ਅਤੇ ਦੇਖੋ ਪੱਗ ਦੀ ਸ਼ੇਪ ਅਤੇ ਪੱਗ ਦੇ ਜਿਹੜੇ ਦੋਨੇ ਲੜ ਨੇ ਉਹ ਅੱਖਾਂ ਦੇ ਬਿਲਕੁਲ ਬਰਾਬਰ ਨੇ, ਠੀਕ ਹੈ ਜੀ। ਉਮੀਦ ਕਰਦਾ ਕਿ ਤੁਹਾਨੂੰ ਇਹ ਚੀਜ਼ ਦੀ ਸਮਝ ਆ ਗਈ ਹੋਏਗੀ। ਜਿਹੜੇ ਵੀਰਾਂ ਨੂੰ ਇਹ ਚੀਜ਼ ਦੀ ਸਮਝ ਆ ਗਈ ਹੈ, ਤੁਹਾਡੀ ਪੱਗ ਜਿਹੜੀ ਆ ਉਹ ਪਿੱਛੇ ਜਾਣੀ ਬੰਦ ਕਰ ਦੇਗੀ, ਪੱਗ ਜਿਹੜੀ ਆ ਉਹ ਪਿੱਛੇ ਨੂੰ ਨਹੀਂ ਜਾਏਗੀ, ਠੀਕ ਹੈ। ਅਤੇ ਬਹੁਤ ਸਾਰਾ ਪਿਆਰ, ਬਹੁਤ ਸਾਰਾ ਮਾਣ ਦੇ ਰਹੇ ਹੋ, ਇੱਦਾਂ ਹੀ ਪਿਆਰ ਬਣਾਈ ਰੱਖੋ। ਤੁਹਾਡੇ ਪਿਆਰ ਦੀ ਸਪੋਰਟਾਂ ਦੇ ਨਾਲ ਹੀ ਆਪਾਂ ਹੋਰ ਵੀਡੀਓ ਲੈ ਕੇ ਜ਼ਰੂਰ ਆਵਾਂਗੇ। ਅਤੇ ਜਿਹੜੇ ਵੀਰਾਂ ਨੂੰ ਫਿਰ ਵੀ ਪੱਗ ਬੰਨਦੇ ਟਾਈਮ, ਪਰਨਾ ਬੰਨਦੇ ਟਾਈਮ ਕੋਈ ਵੀ ਦਿੱਕਤ ਆਉਂਦੀ ਹੈ, ਤੁਸੀਂ ਕਮੈਂਟ ਬੋਕਸ ਦੇ ਵਿੱਚ ਕਮੈਂਟ ਕਰੋ, ਤੁਹਾਡੇ ਵਾਸਤੇ ਸਪੈਸ਼ਲ ਵੀਡੀਓ ਆਏਗੀ। ਅਤੇ ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆਵੇ। ਅਤੇ ਇੰਸਟਾਗ੍ਰਾਮ 'ਤੇ ਫੋਲੋ ਕਰਨਾ ਅਤੇ ਫੇਸਬੁੱਕ 'ਤੇ ਫੋਲੋ ਕਰਨਾ ਨਾ ਭੁੱਲਣਾ, ਠੀਕ ਹੈ। ਆਪਣੇ ਸ਼ਹਿਰ ਦਾ ਨਾਮ ਜ਼ਰੂਰ ਕਮੈਂਟ ਬੋਕਸ 'ਚ ਦੱਸ ਕੇ ਜਾਇਆ ਕਰੋ, ਕਿਉਂਕਿ ਸਾਨੂੰ ਵੀ ਪਤਾ ਲੱਗੇ ਕਿ ਕਿਹੜੇ ਕਿਹੜੇ ਸ਼ਹਿਰ ਤੋਂ ਆਪਾਂ ਨੂੰ